ਸਾਲ ਸਾਡਾ ਨਾ ਜ਼ਵਾਲ ਇੱਥੇ ਸਾਥੇ ਅਕਰਬ ਲੱਗ ਗਿਆ ਜਨਾਬ ਅਕਰਬ ਲੱਗ ਗਿਆ ਉਹਦੇ ਨਾਲ ਉਹ ਜਿਹੜਾ ਕੇ ਨਾ ਉਸਦਾ ਇਮਤਿਆਜ਼ ਜੀ ਸ਼ੁਰੂ ਲੱਗ ਗਿਆ ਤੇ ਹੁਣ ਬਰਕਤ ਲੈ ਪ੍ਰਾਤ ਅਲੀ ਲੈ ਗਿਆ ਹੁਣ ਇਹਨਾਂ ਦਾ ਕੀ ਹੋ ਸੀ ਤੁਸੀਂ ਇਹਨਾਂ ਦਾ ਵੀ ਸੋਚੋ ਹੈ ਉਹ ਸਾਂਝੀ ਵੰਡ ਕੇ ਅਧਵਾਦ ਕਰਕੇ ਨਾ ਰਹਿ ਸਕਦੇ ਆ ਬਿਲਕੁਲ ਜ਼ੀਰੋ ਕਰ ਛੱਡਿਆ ਉਸ ਜਿਉਂ ਸ਼ੁਰੂ ਕੀਤਾ ਨਾ ਪੜਨਾ ਉਸ ਇਲਾਮਾ ਇਕਬਾਲ ਸਾਹਿਬ ਦੀ ਜਿਹੜੀ ਇਹ ਨਾ ਸ਼ਾਇਰੀ ਉੱਥੋਂ ਸ਼ੁਰੂ ਕਰ ਲਿਆ ਇਹ ਤੇ ਅਸਕਰ ਤੇ ਮੂੰਹ ਅੜ ਕੇ ਤੇ ਮੈਂ ਹੋ ਕੇ ਗਿਆ ਜੀ ਹਾਂ ਉਰਦੂ ਇਸ ਨੂੰ ਕੋਈ ਦਾਈ ਆਉਂਦੀ ਪੰਜਾਬੀ ਇਹ ਉਰਦੂ ਚ ਬੋਲਦਾ ਅਭੀ ਬੁਰੰਦ ਤੇ ਸਾਰਿਆਂ ਦੇ ਹਾਲ ਇੰਨਾ ਬਿਲਕੁਲ ਜ਼ੀਰੋ ਤੇ ਡੱਟੇ ਹੋਏ ਡੱਡਿਆਂ ਬਾਦਸ਼ਾਹ ਉਸ ਅੱਛਾ ਇਹ ਤੇ ਸੋਜ਼ੀ ਨਾਲ ਬੜੇ ਹੋਏ ਆ ਨਾ ਉਦਣ ਜੀ ਬਹੁਤ ਬੜਾ ਯਾਰ ਮੈਨੂੰ ਅਫਸੋਸ ਹੈ ਤੁਹਾਡੇ ਨਾਲ ਮੈਂ ਕਾਹ ਤੇ ਅਫਸੋਸ ਹੀ ਸਕਦਾ ਹੋਰ ਮੈਂ ਉਹ ਬੜੇ ਅੱਛਾ ਹੁਣ ਬਈ ਖਲੋ ਕੇ ਸੁਣਨੀ ਅੱਛਾ ਹੁਣ ਦਮਾਲ ਵਾਲਾ ਪ੍ਰੋਗਰਾਮ ਮੈਂ ਕਰਿਆ ਹਾਂ ਜੀ ਇੱਕ ਥੋੜਾ ਜਿਹਾ ਬਣਿਆ ਹੈ ਕਿਉਂਕਿ ਅੱਗੇ ਵੀ ਯਾਰ ਇੰਤਜ਼ਾਰ ਕਰ ਰਿਹਾ ਆ ਦਿਓ ਮੁਬਾਰਕ ਮੈਨੂੰ ਸ਼ਾਇਰ ਸਵਾਰ ਰਾਣੇ
ਖਿਲ ਕਲੀਆਂ ਹਰ ਸ਼ਾਖ ਉੱਤੇ ਵਾਹਾ ਮੁਦਤ ਤੂੰ ਚਮਨ ਉਦਾਸ ਪਰਲਾਦ ਦਾ ਬਾਗ ਸੰਭਾਲਣ ਕੀਤੇ ਆਲਾ ਲਾਲ ਦਾ ਕਦਰ ਸ਼ਨਾਸ ਏ ਖਿਦਮਤ ਅਲੀ ਮੁਰਸ਼ਦ ਨਜ਼ਰ ਤੱਕੇ ਚਾ ਬੁਝ ਵਹਿੰਦੀ ਏ ਦਿਲ ਦੀ ਪਿਆਸੇ ਜਿਹੜੇ ਬੁੱਢੀਆਂ ਬੇੜੀਆਂ ਤਾਰ ਦਿੰਦੇ ਵਾ ਚੋਰੂ ਪੁੱਤ ਬਣਾਉਂਦੇ ਨੀ ਜਦੋਂ ਕਲਾਬ ਮੁਨਵਰ ਹੋ ਜਾਵੇ ਕੇ ਕਰਨਾ ਦੌਲਤ ਸਾਨੂੰ ਮੈਨੂੰ ਪਾਗਰਾਨਾ ਮਿਲ ਗਿਆ ਸ਼ਾਕਿਰ ਮੈਂ ਠਹਿਣਾ ਗੈਰ ਦੇ ਦਰ ਨੂੰ ਕਲੰਦਰ ਦਾ ਵੋ ਜਿੰਦਾ ਹੱਥ ਮੇਰੇ ਵਿੱਚ ਪਾਸੇ ਮੈਂ ਦੇਣ ਮੁਬਾਰਕ ਆਲਾ ਮੈਂ ਜਦੀ ਮੁਦਤ ਤੂੰ ਆਵੀ ਆਲਾ ਸੇ ਤੇਰੀ ਅਸਰਤ ਪੂਰੀ ਕੱਲ ਹੋ ਸੇ ਵੋ ਬੋਝੇ ਵੈਸੀਆ ਹਿਜਰ ਦੀ ਪਿਆਸੇ ਸਮਤੀ ਅਲੀ ਤੇਰਾ ਮੋਤੀ ਪਤਾ ਲੱਗਣ ਦਿੰਦੇ ਨਹੀਂ ਪੀਰ ਸ਼੍ਰੀਣੀ ਜਿਹੜੀ ਮੰਗੋ ਦੁਆ ਅੱਲਾ ਬਈ ਇਹਨਾਂ ਦਰਵੇਸ਼ਾਂ ਦੇ ਉੱਤੇ ਕਰਮ ਕਰੇ ਬਸ ਸਵਾਦ ਬਣਾਇਆ ਰਾਹ ਬਣਾਉਂਦੇ ਤੇ ਕਰਮ ਨਿਵਾਜ਼ੀਆਂ ਕਰੇ ਆਬਾਦ ਰੱਖੇ ਅੱਲਾ ਇਸ ਉੱਤੇ ਬੱਚਿਆਂ ਸਾਡੇ ਇਹਨਾਂ ਜਿਹੜੇ ਸੁੱਤੇ ਪਏ ਨੇ ਇਹਨਾਂ ਨੂੰ ਵੀ ਅੱਲਾ ਦੀ ਜ਼ਾਤ ਜਨਤਾ ਜਗਾ ਲਾ 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 ਲਾ